ਜਿਵੇਂ ਉਹਨਾਂ ਦਾ ਮਨ ਸੰਚਾਲਨ ਕਰ ਰਿਹਾ ਮੈਸੇਜ ਦਾ, ਵੀ ਇਹਦਾ ਕੋਈ ਮੁਕਾਬਲਾ ਨਹੀਂ। ਚਾਚਕ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੇ ਭਾਵੇਂ ਸਾਰਿਆਂ ਦੀ ਹਾਜ਼ਰੀ ਗਵਾਉਂਦਿਆਂ ਆਪਣੇ ਅੰਦਾਜ਼ ਵਿੱਚ ਆਪਣੀ ਕਲਾ ਦੇ ਜੋਰ ਦਿਖਾਏ, ਪਰ ਬਤੌਰੇ ਕਵੀ ਇਸ ਕਵੀ ਦਰਬਾਰ ਵਿੱਚ ਮੈਂ ਆਪਣੇ ਤੋਂ ਪਹਿਲਾਂ ਉਹਨਾਂ ਨੂੰ ਸੱਦਾ ਦੇ ਰਿਹਾ ਕਿ ਉਹ ਸਟੇਜ ਤੇ ਆਉਣ ਤੇ ਸਾਹਿਬ ਇਕਬਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਤੇ ਅਕੀਦਤ ਦੇ ਪ੍ਰਗਟਾਵਾ ਕਰਨ। ਚਾਚਕ ਸਾਹਿਬ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼, ਬਹੁਤ ਚੜ੍ਹਦੀ ਕਲਾ ਦੇ ਨਾਲ ਕਵੀ ਦਰਬਾਰ ਚੱਲ ਰਿਹਾ, ਦਾਸ ਹਾਜ਼ਰੀ ਲਗਵਾਉਣ ਜਾ ਰਿਹਾ, ਕਵੀ ਦਰਬਾਰ ਜੈਕਾਰਿਆਂ ਦੀ ਗੂੰਜ ਨਾਲ ਸੋਭਾ ਦਿੰਦੇ ਨੇ। ਜਿੱਥੇ ਕੋਈ ਲਾਈਨ ਅੱਛੀ ਲੱਗੇ, ਦਿਲ ਅੰਦਰ ਖਾਲਸੇ ਜਜ਼ਬੇ ਠਾਠਾ ਮਾਰਨ, ਉਹ ਜਜ਼ਬੇ ਜੈਕਾਰਿਆਂ ਦੀ ਗੂੰਜ ਨਾਲ ਆਪਾਂ ਸਾਰਿਆਂ ਨੇ ਸਾਂਝੇ ਕਰਨੇ ਨੇ। ਚੜ੍ਹਦੀ ਕਲਾ ਦੇ ਜੈਕਾਰੇ, ਚੜ੍ਹਦੀ ਕਲਾ ਦੇ ਹੁੰਗਾਰੇ ਕਵੀ ਦਰਬਾਰਾਂ ਦੀ ਜਿੰਦ ਜਾਨ ਨੇ। ਗੱਜ ਕੇ ਫਤਿਹ ਬੁਲਾਇਓ, ਢਿੱਲੀ ਜੀ ਨੀ, ਵਾਹਿਗੁਰੂ ਜੀ ਕਾ ਖਾਲਸਾ। ਦਸਮ ਪਿਤਾ ਦਾ ਜਿੱਥੇ ਪ੍ਰਕਾਸ਼ ਹੋਇਆ, ਪਟਨੇ ਪਾਵਨ ਅਸਥਾਨ ਗੁਰ ਖਾਲਸਾ ਜੀ। ਇਹ ਕਵੀ ਸਹਿਬਾਨ 15 ਤਰੀਕ ਦੀ ਰਾਤ ਨੂੰ ਉਸ ਪਾਵਨ ਤਖ਼ਤ ਸਾਹਿਬ ਤੇ ਕਵਿਤਾਵਾਂ ਸੁਣਾ ਕੇ ਤੇ ਗੁਰੂ ਪਾਤਸ਼ਾਹ ਤੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕਰਕੇ ਆਪ ਜੀ ਪਾਸ ਪਹੁੰਚੇ ਨੇ। ਦਸਮ ਪਿਤਾ ਦਾ ਜਿੱਥੇ ਪ੍ਰਕਾਸ਼ ਹੋਇਆ, ਪਟਨੇ ਪਾਵਨ ਅਸਥਾਨ ਗੁਰ ਖਾਲਸਾ ਜੀ। ਚੋਜੀ ਪ੍ਰੀਤਮ ਨੇ ਚੋਜ ਰਚਾਏ, ਜਿੱਥੇ ਹੈ ਉਹ ਧਰਤ ਮਹਾਨ ਗੁਰ ਖਾਲਸਾ ਜੀ। ਝੁਲਦੇ ਕੇਸਰੀ ਪਏ ਨਿਸ਼ਾਨ ਸਾਹਿਬ, ਸਾਡੀ ਅਣਖ ਤੇ ਆਣ ਗੁਰ ਖਾਲਸਾ ਜੀ। ਤਖ਼ਤ ਸ੍ਰੀ ਹਰਿਮੰਦਰ ਜੀ ਸੋਭ ਰਹੇ ਨੇ, ਸਾਡੀ ਜਿੰਦ ਤੇ ਜਾਨ ਗੁਰ ਖਾਲਸਾ ਜੀ। ਤਖ਼ਤ ਸ੍ਰੀ ਹਰਿਮੰਦਰ ਜੀ ਸੋਭ ਰਹੇ ਨੇ, ਸਾਡੀ ਜਿੰਦ ਤੇ ਜਾਨ ਗੁਰ ਖਾਲਸਾ ਜੀ। ਉਹ ਦਰਸ਼ਨ ਕਰ ਰਹੇ ਹੋ ਕਿ ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਵਿਖੇ ਸਜਿਆ ਸੋਹਣਾ ਦੀਵਾਨ ਗੁਰ ਖਾਲਸਾ ਜੀ। ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਵਿਖੇ ਆ ਸਜਿਆ ਸੋਹਣਾ ਦੀਵਾਨ ਗੁਰ ਖਾਲਸਾ ਜੀ। 357 ਸਾਲਾ ਪ੍ਰਕਾਸ਼ ਉਤਸਵ ਮਨਾ ਰਹੇ ਇਸ ਅਸਥਾਨ ਗੁਰ ਖਾਲਸਾ ਜੀ। ਕਵਿਤਾਵਾਂ ਸੁਣਾ ਰਹੇ ਨੇ ਆ ਪੰਥਕ ਕਵੀ, ਕਵਿਤਾਵਾਂ ਸੁਣਾ ਰਹੇ ਨੇ ਤੇ ਸੁਣਦੇ ਨਾਲ ਧਿਆਨ ਗੁਰ ਖਾਲਸਾ ਜੀ। ਜਕਾਰੇ ਗੂੰਜਣ ਤੇ ਇਹਨਾਂ ਦੀ ਗੂੰਜ ਕਾਰਨ ਗੂੰਜੇ ਧਰਤੀ ਅਸਮਾਨ ਗੁਰ ਖਾਲਸਾ ਜੀ। ਸ਼ਾਹ
ਸ਼ਾਹਿਨ ਸ਼ਾਹੇ ਤਾਰੀ ਸਾਹਿਬ ਸ਼ਹਿਨ ਸ਼ਾਹੇ ਗੁਰੂ ਗੋਬਿੰਦ ਸਿੰਘ ਜੀ ਕੀਤੇ ਕੌਣ ਤੇ ਕੁਸਲਾ ਉਪਕਾਰ ਦਾਤਾ ਸ਼ਹਿਨ ਸ਼ਾਹੇ ਗੁਰੂ ਗੋਬਿੰਦ ਸਿੰਘ ਜੀ ਕੀਤੇ ਕੌਣ ਤੇ ਕੁਸਲਾ ਉਪਕਾਰ ਦਾਤਾ ਨੌ ਸਾਲ ਦੀ ਉਮਰ ਵਿੱਚ ਧਰਮ ਖਾਤਰ ਗੁਰੂ ਪਿਤਾ ਨੂੰ ਦਿੱਤਾ ਸੀ ਵਾਰ ਦਾਤਾ ਨੌ ਸਾਲ ਦੀ ਉਮਰ ਵਿੱਚ ਧਰਮ ਖਾਤਰ ਗੁਰੂ ਪਿਤਾ ਨੂੰ ਦਿੱਤਾ ਸੀ ਵਾਰ ਦਾਤਾ ਹੱਥੀ ਕੋਰੇ ਚਮਕੌਰ ਦੀ ਗਲੀ ਵਿੱਚੋਂ ਸਾਹਿਬ ਜਾਦੇ ਅਜੀਤ ਜੁਝਾਰ ਦਾਤਾ ਅੱਜ ਠੰਡੇ ਬੁਰਜ ਚ ਮਾਤਾ ਚੜ੍ਹਾਈ ਕਰ ਗਏ ਛੋਟੇ ਚਿਣੇ ਗਏ ਵਿੱਚ ਦੀਵਾਰ ਦਾਤਾ ਕਰਿਓ ਮਾਤਾ ਗੁਜਰੀ ਨੇ ਪਟਨੇ ਦੀ ਧਰਤੀ ਉੱਤੇ ਬੜੇ ਲਾਜ ਲੜਾਏ ਸੀ ਲਾਲ ਤਾਈ ਮਾਤਾ ਗੁਜਰੀ ਨੇ ਪਟਨੇ ਦੀ ਧਰਤੀ ਉੱਤੇ ਬੜੇ ਲਾਜ ਲੜਾਏ ਸੀ ਲਾਲ ਤਾਈ ਪੀਰ ਭੀਖਣ ਜੈ ਅੱਲਾ ਦੇ ਬੰਦਿਆਂ ਨੇ ਸਿੱਧੇ ਕੀਤੇ ਸਨ ਸਹੀਬੇ ਕਮਾਲ ਤਾਈ ਰਾਣੀ ਮੈਣੀ ਨੇ ਨੈਣਾ ਨੇ ਤੱਕਿਆ ਸੀ ਨੂਰੀ ਚਿਹਰੇ ਤੇ ਰੱਬੀ ਜਲਾਲ ਤਾਈ ਉਹ ਜਿਹੜਾ ਤੱਕਦਾ ਤੱਕਦਾ ਹੀ ਰਹਿ ਜਾਂਦਾ ਭਾਵੇਂ ਗੁਰਾਂ ਦੇ ਨਾਂ ਨਿਹਾਲ ਤਾਈ ਜਿਹੜਾ ਤੱਕਦਾ ਤੱਕਦਾ ਹੀ ਰਹਿ ਜਾਂਦਾ ਭਾਵੇਂ ਗੁਰਾਂ ਦੇ ਨਾਂ ਨਿਹਾਲ ਤਾਈ ਦਰਸ਼ਨ ਕਰਿਓ ਪਟਨਾ ਸਾਹਿਬ ਚ ਬਾਲ ਗੋਬਿੰਦ ਰਾਏ ਖੇਡਾਂ ਖੇਡੀਆਂ ਜੱਗੋ ਨਿਆਰੀਆਂ ਸੀ ਪਟਨਾ ਸਾਹਿਬ ਚ ਬਾਲ ਗੋਬਿੰਦ ਰਾਏ ਖੇਡਾਂ ਖੇਡੀਆਂ ਜੱਗੋ ਨਿਆਰੀਆਂ ਸਨ ਕੱਚੀ ਉਮਰ ਨਿਸ਼ਾਨੇ ਸੀ ਬੜੇ ਪੱਕੇ ਡੰਗ ਰਹਿ ਜਾਂਦੇ ਨਾਲ ਨਾਰੀਆਂ ਸਨ ਤੇ ਬਣਦੇ ਰਹਿੰਦੇ ਸਨ ਮੁਖੀ ਉਹ ਟੋਲੀਆਂ ਦੇ ਸਿਰ ਤੇ ਕੰਗਣ ਗੁਰੂ ਪਾਤਸ਼ਾਹ ਨੇ ਗੰਗਾ ਦਰਿਆ ਵਿੱਚ ਸੁੱਟ ਦਿੱਤਾ ਤੇ ਦੂਸਰਾ ਵੀ ਸੁੱਟ ਦਿੱਤਾ ਤੁਸੀਂ ਆਮ ਸਾਖੀ ਸੁਣੀ ਹੈ ਮੈਂ ਚੰਦ ਰਾਏ ਨਾਲ ਕਹਿਣ ਜਾ ਰਿਹਾ ਤਾਰੀ ਸਾਹਿਬ ਕਿ ਗੰਗਾ ਘਾਟ ਕਿਨਾਰੇ ਜਦ ਖੇਡ ਰਹੇ ਸੀ ਕੰਗਣ ਸੋਨੇ ਦਾ ਬਾਹੂ ਉਤਾਰ ਰਿਹਾ ਸੀ ਗੰਗਾ ਘਾਟ ਕਿਨਾਰੇ ਜਦ ਖੇਡ ਰਹੇ ਸੀ ਕੰਗਣ ਸੋਨੇ ਦਾ ਬਾਹੂ ਉਤਾਰ ਰਿਹਾ ਸੀ ਪਲਕ ਝੱਕ ਦੇ ਵਿੱਚ ਹੀ ਸਭ ਸਾਰੇ ਗੰਗਾ ਵਿੱਚ ਵਗਾ ਕੇ ਮਾਰਿਆ ਸੀ ਪਲਕ ਝੱਕ ਦੇ ਵਿੱਚ ਹੀ ਸਭ ਸਾਰੇ ਗੰਗਾ ਵਿੱਚ ਵਗਾ ਕੇ ਮਾਰਿਆ ਸੀ
ਨਾਲ ਦੇ ਹਾਣੀਆਂ ਨੇ ਪਾਈ ਉਸ ਵੇਲੇ ਹਾਰ ਪਾ ਰਿਹਾ ਸੀ ਤੇ ਬਾਂ ਸਖਰੀ ਵੇਖ ਕੇ ਮਾਤ ਗੁਜਰੀ ਬੜੇ ਪਿਆਰ ਦੇ ਨਾਲ ਪੁਚਕਾ ਰਿਹਾ ਸੀ। ਬਾਂ ਸਖਰੀ ਵੇਖ ਕੇ ਮਾਤ ਗੁਜਰੀ ਬੜੇ ਪਿਆਰ ਦੇ ਨਾਲ ਪੁਚਕਾ ਰਿਹਾ ਸੀ, ਕੰਗਣ ਸੋਨੇ ਦਾ ਕਿੱਥੇ ਹੈ ਲਾਲ ਮੇਰੇ, ਕੰਗਣ ਸੋਨੇ ਦਾ ਕਿੱਥੇ ਹੈ ਲਾਲ ਮੇਰੇ, ਜਿਸਨੇ ਬਾਂ ਦੇ ਪਾਈ ਛਿਗਾ ਰਿਹਾ ਸੀ। ਅੱਗੋਂ ਖਿੜ ਕੇ ਬਾਲ ਗੋਬਿੰਦ ਮਾਇਆ ਦੂਜੀ ਬਾਂਹ ਤੋਂ ਕੰਗਣ ਲਗਾ ਰਿਹਾ ਸੀ। ਅੱਗੋਂ ਖਿੜ ਕੇ ਬਾਲ ਗੋਬਿੰਦ ਮਾਇਆ ਔਰ ਦੂਜੀ ਬਾਂਹ ਤੋਂ ਕੰਗਣ ਉਤਾਰਿਆ ਸੀ। ਸੋਨੇ ਦਾ ਉਹ ਕੰਗਣ ਪਹਿਲੀ ਥਾਂ ਵਗਾ ਕੇ ਮਾਰਿਆ ਸੀ, ਕਹਿੰਦੇ ਮਾਤਾ ਜੀ ਉਸੇ ਹੀ ਥਾਂ ਪੁੱਜਾ ਪਹਿਲੇ ਕੰਗਣ ਨੇ ਜੀ ਨੂੰ ਛਿਗਾ ਰਿਹਾ ਸੀ। ਕਹਿੰਦੇ ਮਾਤਾ ਜੀ ਉਸੇ ਹੀ ਥਾਂ ਪੁੱਜਾ ਸਾਨੀ ਸਾਹਿਬ ਪਹਿਲੇ ਕੰਗਣ ਨੇ ਸ਼ਿੰਗਾਰਿਆ ਸੀ। ਹੁਣ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪੜਾਰੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ ਸਦਕਾ ਜਾਚਕ ਦੀ ਕਾਮਦਾਰੀ ਦੇ ਦਰਸ਼ਨ ਕਰੇ ਕਿ ਮਾਤਾ ਤਾਈ ਸਤਕਾਰ ਨਾਲ ਕਹਿਣ ਲੱਗੇ, ਪ੍ਰਿੰਸ ਜੀ ਮਾਤਾ ਤਾਈ ਸਤਕਾਰ ਨਾਲ ਕਹਿਣ ਲੱਗੇ ਔਰ ਕੰਗਣ ਸੋਨੇ ਦੇ ਸਾਰੇ ਲਵਾ ਦਿਆਂਗਾ। ਮਾਤਾ ਤਾਈ ਸਤਕਾਰ ਨਾਲ ਕਹਿਣ ਲੱਗੇ ਕੰਗਣ ਸੋਨੇ ਦੇ ਸਾਰੇ ਲੋਹਾਰਿਆਂਗਾ, ਉਹ ਨਹੀਂ ਸੋਨੇ ਦੇ ਕੰਗਣਾਂ ਦੀ ਲੋੜ ਮੈਨੂੰ, ਸਭ ਨੂੰ ਪੰਜ ਕਕਾਰ ਪਹਿਨਾ ਦਿਆਂਗਾ। ਨਹੀਂ ਸੋਨੇ ਦੇ ਕੰਗਣਾਂ ਦੀ ਲੋੜ ਪੈਣੀ, ਸਭ ਨੂੰ ਪੰਜ ਕਕਾਰ ਪਹਿਨਾ ਦਿਆਂਗਾ। ਕੇਸ ਗੜ ਤੇ ਬਖਸ਼ ਕੇ ਦਾਤ ਅਮਰਤ ਆਏ ਅਣਖੀ ਸੂਰ ਮੈਂ ਸਿੰਘ ਸਜਾ ਦਿਆਂਗਾ। ਦਰਸ਼ਨ ਕਰਿਓ ਫਿਰ ਅੰਮ੍ਰਿਤਧਾਰੀ ਸਿੰਘਾਂ ਨੇ ਕਿ ਪਾਵਨ ਅੰਮ੍ਰਿਤ ਦੀ ਬਖਸ਼ ਕੇ ਦਾਤ ਦਾਤ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ, ਪਾਵਨ ਅੰਮ੍ਰਿਤ ਦੀ ਬਖਸ਼ ਕੇ ਦਾਤ ਦਾਤ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ। ਦਸਮ ਪਿਤਾ ਦੇ ਵਾਰ ਪਰਿਵਾਰ ਸਾਰਾ ਸਿੱਖੀ ਮਹਿਲ ਸਾਰੀਆਂ ਨੇ ਆਪਣੇ ਜਨਮ ਤੋਂ ਲੈ ਕੇ ਖਾਲਸੇ ਨੇ ਹਰ ਮੈਦਾਨ ਅੰਦਰ ਮੱਲਾਂ ਮਾਰੀਆਂ ਨੇ ਔਰ ਸਾਨੂੰ ਐਵੇਂ ਨੀ ਦੁਨੀਆਂ ਸਰਦਾਰ ਕਹਿੰਦੀ, ਸਿਰ ਦੇ ਅੱਗੇ ਦੁਨੀਆਂ ਸਰਦਾਰੀਆਂ ਨੇ। ਸਾਨੂੰ ਐਵੇਂ ਨੀ ਦੁਨੀਆਂ ਸਰਦਾਰ ਕਹਿੰਦੀ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਤੇ ਜਿੱਦਾਂ ਘਾਲੀ ਸੀ ਘਾਲਣਾ
ਪਾਤਸ਼ਾਹ ਨੇ ਏਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ ਏਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸੈਨਾ ਕਮਾਲ ਸਕਦਾ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ ਏਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸੈਨਾ ਕਮਾਲ ਸਕਦਾ ਜਿੱਦਾਂ ਵਾਰੇ ਚਮਕੌਰ ਦੀ ਜੰਗ ਅੰਦਰ ਏਦਾਂ ਵਾਰ ਨਹੀਂ ਕੋਈ ਵੀ ਬਾਲ ਸਕਦਾ ਜਿੱਦਾਂ ਮੌਤ ਦੇ ਨਾਲ ਸੀ ਲਾਲ ਤੋਰੇ ਉਹ ਨਹੀਂ ਕਿ ਤੋਰ ਚਕਾਰਿਆਂ ਨਾਲ ਸਕਦਾ ਵੇਖਿਆ ਗੁਰਾਂ ਜਿੱਦਾਂ ਕਿਸੇ ਜੰਗ ਚਮਕੌਰ ਦਾ ਵੇਖਿਆ ਨਾ ਉੱਚੀ ਮੰਡੀ ਤੋਂ ਵੇਖਿਆ ਗੁਰਾਂ ਜਿੱਦਾਂ ਕਿਸੇ ਜੰਗ ਚਮਕੌਰ ਦਾ ਵੇਖਿਆ ਨਾ ਹੱਲਾ ਤੀਰਾਂ ਦੀ ਵਾਛੜ ਦਾ ਜਿਵੇਂ ਕੀਤਾ ਹੱਲਾ ਬੋਲ ਦਾ ਜ਼ੋਰ ਦਾ ਵੇਖਿਆ ਨਾ ਆਪਣੇ ਪੁੱਤਾਂ ਨੂੰ ਜੰਗੇ ਮੈਦਾਨ ਵੱਲੇ ਏਦਾਂ ਕੋਈ ਵੀ ਤੋਰ ਦਾ ਵੇਖਿਆ ਲੋਕੀ ਦੂਰੋਂ ਹੀ ਕਹਿੰਦੇ ਸਰਦਾਰ ਆਉਂਦਾ ਕਿਉਂ ਕਹਿੰਦੇ ਆ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੇ ਸਿਰ ਉੱਚੇ ਰਹੇ ਨੇ ਦਰਸ਼ਨ ਕਰਿਓ ਬੜੀ ਵੱਡੀ ਸਕੀਮ ਕਿ ਇਹਨਾਂ ਬਾਲਾਂ ਨੂੰ ਵੱਡੇ ਦਰਵਾਜ਼ੇ ਵੱਲੋਂ ਕਚਹਿਰੀ ਵਿੱਚ ਨਹੀਂ ਲਿਆਉਣਾ ਇਹਨਾਂ ਨੂੰ ਤਾਕੀ ਵੱਲ ਦੀ ਲਿਆਉਣਾ ਤਾਕੀ ਵੱਲ ਦੀ ਜਿਹਨੂੰ ਬਾਰੀ ਕਹਿੰਦੇ ਅੱਜ ਕੱਲ੍ਹ ਆਪਾਂ ਤਾਕੀ ਵੱਲ ਦੀ ਲਿਆਉਣਾ ਤਾਂ ਕਿ ਪਹਿਲਾਂ ਸਿਰ ਝੁਕਾਉਣਾ ਪਏਗਾ ਤੇ ਅਸੀਂ ਕਹਿ ਦਿਆਂਗੇ ਕਿ ਇਹਨਾਂ ਨੇ ਸੂਬੇ ਦੀ ਈਨ ਮੰਗ ਲਈ ਹੈ ਤੇ ਅਸੀਂ ਸੁਖਰੂ ਹੋ ਗਏ ਹੁਣ ਅਸੀਂ ਕਹਿਣ ਜੋਗੇ ਹੋ ਗਏ ਕਿ ਸਾਡੀ ਈਨ ਮੰਗੀ ਗਈ ਹੈ ਆ ਦਰਸ਼ਨ ਕਰਿਓ ਆਪਣੇ ਸਾਹਿਬਜ਼ਾਦਿਆਂ ਦੇ ਸੂਬੇ ਸਾਹਮਣੇ ਕਰਨ ਲਈ ਪੇਸ਼ ਹੋਵੇ ਬਾਰੀ ਵੱਲੋਂ ਦੀ ਦੁਸ਼ਟ ਲਿਆਏ ਹੈਸਨ ਪਹਿਲਾਂ ਸਿਰ ਲੰਘਾਉਣਾ ਹੈ ਤੁਸੀਂ ਬੱਚਿਓ ਪੱਕੀ ਤਰ੍ਹਾਂ ਇਹ ਪੱਕ ਪਕਾਏ ਹੈ ਸਨ ਸਾਹਿਬ ਦਾਦਿਆਂ ਸਿਰ ਲੰਘਾਉਣ ਦੀ ਥਾਂ ਪਹਿਲਾਂ ਆਪਣੇ ਪੈਰ ਲੰਘਾਏ ਹੈ ਸਨ ਉਹ ਸਿਰ ਝੁਕਾਉਣ ਦੀ ਥਾਂ ਸਿਰ ਕਰ ਉੱਚਾ ਉੱਚੀ ਉੱਚੀ ਚਕਾਰੇ ਗਜਾਏ ਹੈ ਸਨ ਮਾਤਾ ਗੁਜਰੀ ਜੀ ਦਾ ਬੰਦ ਨਾ ਨਾ ਸੁਣਾਇਆ ਤੇ ਤੇਰੀ ਕਵਿਤਾ ਅਧੂਰੀ ਰਹਿ ਜਾਏਗੀ ਦਰਸ਼ਨ ਕਰਿਓ ਮਤਾਓ ਭੈਣੋ ਤੇ ਬੀਬੀਓ ਬੜੀ ਵਾਰੀ ਦਰਸ਼ਨ ਕਰ ਲਿਓ ਅੱਜ ਫੇਰ ਦਰਸ਼ਨ ਕਰਿਓ ਸੁਰਤੀ ਮਿਰਤੀ ਇਕਾਗਰ ਕਰਕੇ ਤੇ ਚੌਥੀ ਲਾਈਨ ਤੇ ਕੋਈ ਐਸਾ ਮੁਫਾਰਮਿੰਦ ਨਾ ਰਹਿ ਜਾਏ ਜਿਹੜਾ ਮਾਤਾ ਗੁਜਰੀ ਜੀ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਦਿਆਂ ਵਿਕਾਰਾਂ ਨਾ ਵਜਾਏ
ਦਰਸ਼ਨ ਕਰਿਓ। ਮਾਤਾ ਗੁਜਰੀ ਦੇ ਨਾਲ ਸੀ ਹੋਈ, ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ। ਮਾਤਾ ਗੁਜਰੀ ਦੇ ਨਾਲ ਸੀ ਹੋਈ, ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ। ਆ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ, ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ। ਖੇਡਾਂ ਖੇਡੀਆਂ ਹੋਣੀ ਕਮੇਟੀ ਨੂੰ ਲੱਖ ਲੱਖ ਵਧਾਈ ਹੋਵੇ। ਇੱਥੇ ਕਵੀ ਦਰਬਾਰ ਕਰਵਾਉਣ ਦੇ ਲਈ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਹੋਵੇ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੱਜ ਕੇ ਬੰਦੇ ਬੁਲਾਓ ਜੀਓ, ਵਾਹਿਗੁਰੂ ਜੀ ਕਾ ਖਾਲਸਾ।